ਇਹ ਤਸਵੀਰਾਂ ਉਸ ਪਿੰਡ ਦੀਆਂ ਨੇ ਜਿੱਥੋਂ ਦੇ ਜੰਪਲ ਜਗਰੂਪ ਸਿੰਘ ਬਰਾੜ ਨੇ ਕੈਨੇਡਾ ਦੇ ਵਿੱਚ ਜਿੱਤ ਦੇ ਝੰਡੇ ਗੱਡੇ ਨੇ। 6ਵੀਂ ਵਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ। ਤਾਂ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਤੂਤੀ ਮੁੜ ਤੋਂ ਬੋਲੀ ਹੈ। ਜਗਰੂਪ ਸਿੰਘ ਬਰਾੜ ਨੇ ਇਤਿਹਾਸ ਰਚਿਆ ਹੈ। ਬਠਿੰਡਾ ਦੇ ਪਿੰਡ ਦਿਓਨ ਦੇ ਵਿੱਚ ਵਿਆਹ ਵਰਗਾ ਮਾਹੌਲ ਹੈ। ਪਰਿਵਾਰ ਦੇ ਵੱਲੋਂ ਪੂਰੇ ਪਿੰਡ ਦੇ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਢੋਲ ਦੀ ਥਾਪ ਤੇ ਭੰਗੜੇ ਪਾਏ ਗਏ ਨੇ। ਜਗਰੂਪ ਸਿੰਘ ਬਰਾੜ ਲਗਾਤਾਰ 6ਵੀਂ ਵਾਰ ਸਰੀ ਫਲੀਟਵੁੱਡ ਹਲਕੇ ਤੋਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਵਿਧਾਇਕ ਬਣੇ ਨੇ। ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਗਿੱਲ ਨੂੰ ਹਰਾ ਦਿੱਤਾ। ਜਗਰੂਪ ਸਿੰਘ ਬਰਾੜ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਓਨ ਦੇ ਜੰਮਪਲ ਨੇ। ਜਗਰੂਪ ਸਿੰਘ ਬਰਾੜ ਪਹਿਲੀ ਵਾਰ 2004 ਦੇ ਵਿੱਚ ਸਰੀ ਤੋਂ ਵਿਧਾਇਕ ਚੁਣੇ ਗਏ। 2005-2009 ਦੇ ਵਿੱਚ ਵੀ ਵਿਧਾਇਕ ਰਹੇ। ਇਸ ਤੋਂ ਬਾਅਦ ਉਹ 2017 ਅਤੇ 2020 ਦੇ ਵਿੱਚ ਸਰੀ ਫਲੀਟਵੁੱਡ ਤੋਂ ਮੁੜ ਵਿਧਾਇਕ ਚੁਣੇ ਗਏ। ਭਾਰਤ ਵਿੱਚ ਰਹਿੰਦਿਆਂ ਜਗਰੂਪ ਸਿੰਘ ਭਾਰਤੀ ਰਾਸ਼ਟਰੀ ਬਾਸਕਟਬਾਲ ਟੀਮ ਦੇ ਮੈਂਬਰ ਸਨ। ਤਾਂ ਪਿੰਡ ਦੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਔਰ ਉਹਨਾਂ ਦੇ ਵੱਲੋਂ ਲਗਾਤਾਰ ਸ਼ਲਾਘਾ ਕੀਤੀ ਜਾ ਰਹੀ ਹੈ ਜਗਰੂਪ ਸਿੰਘ ਬਰਾੜ ਦੀ, ਕਿਉਂਕਿ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਨੇ ਉੱਥੇ ਜਿੱਤ ਹਾਸਲ ਕੀਤੀ ਹੈ। ਕੁੱਲ 13 ਪੰਜਾਬੀ ਮੂਲ ਦੇ ਵਿਅਕਤੀ ਨੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਜਿੱਤ ਹਾਸਲ ਕੀਤੀ ਹੈ। ਪੂਰੇ ਪਿੰਡ ਦਾ ਮਾਣ ਵਧਾ ਦਿੱਤਾ। ਤਾਂ ਬਠਿੰਡਾ ਦੇ ਪਿੰਡ ਦਿਓਨ ਦੇ ਵਿੱਚ ਵਿਆਹ ਵਰਗਾ ਮਾਹੌਲ ਨਜ਼ਰ ਆ ਰਿਹਾ। ਢੋਲ ਦੀ ਥਾਪ ਤੇ ਭੰਗੜੇ ਪਾਏ ਜਾ ਰਹੇ ਨੇ ਔਰ ਇਸ ਪਿੰਡ ਦਾ ਨਾਮ ਹੁਣ ਸੁਰਖੀਆਂ ਦੇ ਵਿੱਚ ਆ ਚੁੱਕਿਆ, ਕਿਉਂਕਿ ਇੱਥੋਂ ਦੇ ਜੰਪਲ ਜਗਰੂਪ ਸਿੰਘ ਬਰਾੜ ਨੇ 6ਵੀਂ ਵਾਰ ਕੈਨੇਡਾ ਦੇ ਬ੍ਰਿਸ਼ਟ ਕੋਲੰਬੀਆ ਦੇ ਵਿੱਚ ਜਿੱਤ ਹਾਸਲ ਕੀਤੀ ਹੈ। ਮੁੜ ਤੋਂ ਵਿਧਾਇਕ ਚੁਣੇ ਗਏ ਨੇ। ਸਰਕਾਰ ਕਰਨ ਬੰਦਾ ਸਾਡਾ ਇਹਦਾ ਸਿੰਘ ਬਰਾੜ ਪਿੰਡ ਕੇ ਆਇਆ ਭਾਈ ਸਾਹਿਬ। ਅੱਜ ਸਾਨੂੰ ਸਾਡੇ ਚਾਚਾ ਜੀ ਦੇ MLA ਬਣਨ ਤੇ ਸਰੀ ਦੇ ਵਿੱਚ ਇੰਨੀ ਵੱਡੀ ਖੁਸ਼ੀ ਹੈ ਕਿ ਖੁਸ਼ੀ ਸਾਥੋਂ ਝੱਲੀ ਨਹੀਂ ਜਾਂਦੀ, ਸਾਡੇ ਆਪੇ ਤੋਂ ਬਾਹਰ ਹੋਈ ਪਈ ਹੈ। ਪਿੰਡ ਦਿਓਨ ਦੇ ਵਿੱਚ ਪਹਿਲਾਂ ਵੀ ਬਹੁਤ ਉਪਲਬਧੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ। ਬਾਸਕਟਬਾਲ ਦੇ ਵਿੱਚ ਵੀ ਪਹਿਲੇ ਨੰਬਰ ਦੇ ਸੀ, ਨੈਸ਼ਨਲ ਖੇਡੇ ਤੇ ਹੋਰ ਵੀ ਜਿਹੜੇ ਪਿੰਡ ਲੈਵਲ ਦੇ ਕੰਮ ਹੁੰਦੇ ਸੀ ਸਾਡੇ ਜਸਵੰਤ ਸਿੰਘ ਬਰਾੜ ਚਾਚਾ ਜੀ ਵੱਡੇ, ਉਹਨਾਂ ਨੇ ਵੀ ਮੂਹਰੇ ਲਾ ਕੇ ਪਿੰਡ ਦੇ ਵਿੱਚ ਨੌਜਵਾਨ ਸਭਾ ਬਣਾਈ। ਨੌਜਵਾਨ ਸਭਾ ਬਣਾਉਣ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕੋਈ ਲਾਈਟ ਨਹੀਂ ਸੀ, ਜਿਹੜੀ ਲਾਈਟ ਨੂੰ ਉਹਨਾਂ ਨੇ 80 ਸਕਿਉਰਟੀਆਂ ਭਰ ਕੇ, ਜਿਹਦੇ ਵਿੱਚ 2 ਸਕਿਉਰਟੀਆਂ ਘੱਟ ਰਹਿ ਗਈਆਂ ਸੀ ਤੇ ਬਿਜਲੀ ਆ ਨਹੀਂ ਸਕਦੀ ਸੀ। SDO ਸਾਹਿਬ ਕਹਿਣ ਲੱਗੇ ਵੀ ਬਰਾੜ ਸਾਹਿਬ 2 ਸਕਿਉਰਟੀਆਂ ਤੂੰ ਭਰ ਦੇ ਤੇ ਇੱਥੇ ਜਿਹੜੀ ਲਾਈਟ ਆਜੂਗੀ। ਸਾਡੇ ਚਾਚਾ ਜੀ ਜਸਵੰਤ ਸਿੰਘ ਨੇ ਬਰਾੜ ਨੇ 2 ਸਕਿਉਰਟੀਆਂ ਖੁਦ ਆਪਦੀ ਜੇਬ ਚੋਂ ਭਰੀਆਂ। ਮਤਲਬ ਇਹੀ ਕੰਮ ਸੀ ਤਾਂ ਹੀ 6 ਵਾਰ ਜਿੱਤ ਗਏ ਉੱਥੋਂ। ਹਾਂਜੀ, ਇਹੀ ਕਾਰਨ ਆ ਵੀ ਸਾਡੇ ਨਗਰ ਦੇ ਵਿੱਚ ਇਸ ਇੰਨੀ ਤਰੱਕੀ ਕੀਤੀ, ਸ਼ੁਰੂ ਤੋਂ ਲੈ ਕੇ ਤਰੱਕੀ ਹੋਈ ਹੈ, ਅੱਜ ਤੋਂ ਨਹੀਂ ਲੈ ਕੇ ਵੀ ਅੱਜ ਹੀ ਉਹਨੇ 6ਵੀਂ ਵਾਰ ਤਰੱਕੀ ਕਰ ਲਈ। ਮਤਲਬ ਜਨਮ ਤੋਂ ਲੈ ਕੇ ਦੋਨਾਂ ਭਰਾਵਾਂ ਨੇ ਐਡੀ ਵੱਡੀ ਤਰੱਕੀ ਕੀਤੀ ਹੈ। ਜਿਹੜੇ ਇਹਦੀ ਦੇਣ ਆ ਵੱਡੇ ਜਸਵੰਤ ਚਾਚਾ ਜੀ ਦੀ ਹੈਗੀ ਬਰਾੜ ਸਾਹਿਬ ਦੀ, ਤੇ ਉਹਨਾਂ ਨੂੰ ਉੱਥੋਂ ਤੱਕ ਲਿਜਾਣ ਦੀ ਵੀ ਜਿਹੜੀ ਹੈਗੀ ਆ ਉਹ ਚਾਚਾ ਜੀ ਵੱਡੇ ਦੀ ਹੈਗੀ ਹੈ। ਵਧੀਆ ਲੱਗ ਰਿਹਾ, ਬਹੁਤ ਜੀ ਸਾਨੂੰ ਤਾਂ ਬਹੁਤ ਵੱਡੀ ਖੁਸ਼ੀ ਹੈ। ਪਿੰਡ 'ਚ ਮਾਣ ਪ੍ਰਾਪਤ ਹੋਇਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡਾ ਮਾਣ ਪ੍ਰਾਪਤ ਹੋਇਆ, ਇਸ ਕਰਕੇ ਅਸੀਂ ਆਪਣੇ ਆਪ ਨੂੰ ਬਹੁਤ ਮਹਾਨ ਬੰਦੇ ਸਮਝਦੇ ਹਾਂ ਵੀ ਜਿੱਥੋਂ ਤੱਕ ਸਾਡਾ ਨਾਂ ਦੁਨੀਆ ਵਰਲਡ ਲੈਵਲ 'ਤੇ ਵੀ ਅਸੀਂ ਚਮਕ ਚੁੱਕੇ ਹਾਂ। ਹਰਕੰਤ ਸਿੰਘ ਮੇਰਾ ਨਾਂ ਜੀ, ਕੀ ਕਹਿਣਾ ਚਾਹੋਗੇ? ਤੇ ਮੇਰਾ ਚਾਚਾ ਜੀ ਜਗਰੂਪ ਸਿੰਘ ਮੇਰੇ ਚਾਚਾ ਜੀ ਲੱਗਦੇ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ। MLA 6ਵੀਂ ਵਾਰ ਬਣਿਆ ਜੀ ਉਹ, ਤੇ ਸਾਨੂੰ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੈ ਜੀ, ਤੇ ਸਾਰੇ ਪਿੰਡ ਨੂੰ। ਹਾਂਜੀ, ਲੱਡੂ ਵੰਡੇ ਜਾ ਰਹੇ ਜੀ। ਕਦੋਂ ਫੋਨ ਕਰਵਾਇਆ ਤੁਹਾਨੂੰ? ਸਾਨੂੰ ਜੀ ਪਰਸੋਂ ਆ ਗਿਆ ਸੀਗਾ ਜੀ, ਸਵਾ ਜੀ ਸਵਾ ਕੁ 10 ਵਜੇ। ਬਹੁਤ ਬਹੁਤ ਮਾਣ ਆ ਜੀ। ਬਲਵੰਤ ਸਿੰਘ ਬਲਵੰਤ ਜੀ, ਕੀ ਕਹਿਣਾ ਚਾਹੋਗੇ? ਆਪਣੀ ਬਹੁਤ ਖੁਸ਼ੀ ਆ ਜੀ ਸਾਰੇ ਪਰਿਵਾਰ ਨੂੰ ਸਾਨੂੰ 6ਵੀਂ ਵਾਰ ਬਣਨ ਦੀ। ਮੇਰਾ ਵੱਡਾ ਭਾਈ ਆ ਜਗਰੂਪ ਸਿੰਘ ਬਰਾੜ, ਅਤੇ ਤੁਹਾਨੂੰ ਬਹੁਤ ਪਰਿਵਾਰ ਨੂੰ ਖੁਸ਼ੀ ਆ, ਸਾਰੇ ਪਿੰਡ ਨੂੰ। MLA ਬਣ ਗਏ 6ਵੀਂ ਵਾਰ? ਹਾਂਜੀ। ਲੱਗਦਾ ਕਿ ਪਿਆਰ ਬਣਾ ਕੇ ਰੱਖਿਆ ਆਪਣਾ ਉਹਨਾਂ ਨੇ ਉੱਥੇ? ਪੂਰਾ ਜੀ ਪੂਰਾ। ਹਾਂਜੀ, ਉਰੇ ਆ ਕੇ ਗਏ ਨੇ? ਆ ਕੇ ਗਏ ਜੀ, ਥੋੜ੍ਹਾ ਚਿਰ ਗੱਲਬਾਤ ਕਰ ਰਹੇ ਸੀ ਇਲੈਕਸ਼ਨ ਹੋਣਾ ਜਿੱਤ ਲੜਨਾ। ਹਾਂ ਹਾਂ, ਉਹ ਤਾਂ ਕਰ ਰਹੇ ਸੀ, ਕਹਿੰਦੇ ਕਾਹਲੀ ਤਾਂ ਹੀ ਤਾਂ ਮੁੜ ਗਿਆ ਥੋੜ੍ਹਾ ਚਿਰ ਲਾ ਕੇ ਇੱਥੇ ਨਾ। ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਚੀਜ਼ ਦੀ? ਖੁਸ਼ੀ ਤਾਂ ਬਹੁਤ ਜ਼ਿਆਦਾ ਸੀ। ਕਿੰਨੇ ਫੋਨ ਆ ਰਹੇ ਵਧਾਈਆਂ? ਵਾਧੂ ਹੁਣ ਹੀ ਆ ਕੇ ਅੱਡਾ ਜੀ, ਅੱਧਾ ਘੰਟਾ ਜਗਰੂਪ ਸਿੰਘ ਦਾ ਹੀ ਆ ਕੇ ਅੱਡਾ, ਕਹਿੰਦਾ ਕੀ ਕਰਦੇ ਹੋ? ਮੈਂ ਕਿਹਾ ਜੀ ਕਰਦੇ ਹਾਂ ਤੁਹਾਡੀ ਲੱਡੂ ਲੱਡੂ ਵੰਡ ਕੇ ਵਧਾਈ ਦਿੰਦੇ ਹਾਂ। ਲੱਗਦਾ ਹੈ ਨਵੀਂ ਜਨਰੇਸ਼ਨ 'ਤੇ ਵੀ ਅਸਰ ਪੈਂਦਾ ਇਹ ਚੀਜ਼ਾਂ ਦਾ? ਹਾਂਜੀ, ਨਵੀਂ ਪੀੜ੍ਹੀ 'ਤੇ ਵੀ ਕਾਫੀ ਚੰਗਾ ਅਸਰ ਪੈਂਦਾ? ਪੂਰਾ ਜੀ ਪੂਰਾ। ਇਸੇ ਕੀ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਸਰਦਾਰ ਬਲਦੇਵ।
ਕਿਵੇਂ ਲੱਗ ਰਿਹਾ ਗਰੂਪ ਸਿੰਘ ਜੀ ਛੇਵੀਂ ਵਾਰ ਐਮਐਲਏ ਬਣੇ? ਛੇਵੀਂ ਵਾਰ ਉਹਨਾਂ ਦੇ ਐਮਐਲਏ ਹੋਣ 'ਤੇ ਇੰਨੀਆਂ ਵੱਡੀਆਂ ਉਪਲੱਬਧੀਆਂ ਪ੍ਰਾਪਤ ਕੀਤੀਆਂ ਉਹਨਾਂ ਨੇ ਅਤੇ ਸਾਨੂੰ ਸਾਰੇ ਨਗਰ ਦੇ ਵਿੱਚ ਹੀ ਬਹੁਤ ਜ਼ਿਆਦਾ ਖੁਸ਼ੀ ਹੈ, ਤਾਂ ਕਿ ਸਾਡੇ ਬਠਿੰਡਾ ਜ਼ਿਲ੍ਹਾ ਪੰਜਾਬ ਪਿੰਡ ਦਿਉਣ ਦੇ ਵਿੱਚ ਖਾਸ ਕਰਕੇ ਉਹਨਾਂ ਦੀ ਬਹੁਤ ਹੀ ਮਹੱਤਤਾ ਹੈ। ਇਸ ਕਰਕੇ ਚਾਚਾ ਜੀ ਸਤਿਕਾਰ ਪ੍ਰਾਪਤ ਹੁਣ ਪਹਿਲਾਂ ਉਹਨਾਂ ਨੇ ਯੂਨੀਵਰਸਿਟੀ 'ਚ ਨਿਕਲਣ ਤੋਂ ਬਾਅਦ ਚਾਚਾ ਜੀ ਨੂੰ ਨਾਲ ਲੈ ਕੇ ਗਏ, ਉਸ ਤੋਂ ਬਾਅਦ ਚਾਚਾ ਜੀ ਨੇ ਇਤਨੀ ਤਰੱਕੀ ਕੀਤੀ ਕਿ ਬਹੁਤ ਹੀ ਜ਼ਿਆਦਾ ਤਰੱਕੀ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਉਹਦੇ ਉਹਨਾਂ ਦੇ ਛੇਵੇਂ ਵਾਰ ਐਮਐਲਏ ਸਾਹਿਬ ਬਣ ਤੇ, ਤਾਂ ਕਿ ਸਾਨੂੰ ਇੰਨੀ ਖੁਸ਼ੀ ਹੈ, ਖੁਸ਼ੀ ਗਲ 'ਚ ਫਸੀ ਆਈ ਪਈ ਹੈ ਵੀ ਖੁਸ਼ੀ ਚੜੀ ਪਈ ਹੈ, ਇੰਨੀ ਖੁਸ਼ੀ ਬਿਲਕੁਲ, ਤਾਂ ਕਿ ਸਾਨੂੰ ਬਹੁਤ ਜ਼ਿਆਦਾ ਮਾਣ ਹੈ ਸਾਡੇ ਚਾਚਾ ਜੀ 'ਤੇ ਉਹਨਾਂ ਨੇ ਲੱਭੀ ਕੀਤੀ। ਫਤਿਹ ਬੁਲਾ ਰਿਹਾ, ਵਾਹਿਗੁਰੂ ਜੀ ਕਾ ਖਾਲਸਾ।